चलो देख लियो, जो कुछ भी करना है फिर 2 दिनों च कर लियो, फिर बाद च ना मेनू क्यों तो मुकर गई। चल कोई नहीं, इंज गल्लां ना करया कर यार। तू चुप कर जा इत्थे, कर जा चुप नाले, पढ़ दो तेरी एक नाल दा सारा टब्बर तड़के पाके हो जू परेश। मेरा ता दिमाग खा लिया, मुंह कुट दूं मैं जड़े जूंडे जे पोची जानी है ना, मिंट च खंडा दूं मार के थपड़ा पोची जानी है। हाथ लगा के दिखा दूंगा तू, रहण दे पहली नहीं पसंद मेनू इत्थे तू। फिर मैं की करां जे नहीं पसंद होवा ना होवा, मैं ता इत्थे रहूं। इत्थे आ के मैं रह जांगी, तू दस दे चक बोरी बिस्तरा भर जा। जस की नहीं लिया नाल, फोन कर दे दीदी नूं। यार तू हुण करा ला, मैं तैनूं कही तां जानी आ, तू मेरी गल ही नहीं समझदा। मैं तां करा लूंगा, इहदा की करेंगी फिर। जदों लिया के बिठाई ना ओह, इह तां आप ही भज जूगी। तू देखी तां सही किवें तत्तर हुंदी आ। चल फिर तू ना कहीं कुछ, मैं तां करा लूंगा। ना मैं नहीं कुछ कहिंदी। ਯਾ ਕਿੰਨਾ ਦੇਖ ਲੈ ਕੂੜਾ ਖੰਡਿਆ ਪਿਆ, ਇੱਥੋਂ ਤਾਂ ਸੰਭਰ ਕੇ ਲਗਾਈ, ਆ ਦੇਖ ਕਿਵੇਂ ਪਿਆ। ਆਪ ਨਹੀਂ ਸੰਭਰ ਸਕਦੀ ਨਾਲੇ, ਆ ਬੱਠਲ ਵਿਚਾਲੇ ਨੇ ਚੱਕਿਆ, ਤੈਨੂੰ ਪਤਾ ਨਹੀਂ ਇੱਕ ਪਾਸੇ ਲਾਉਣਾ। ਮੈਂ ਤੇਰੇ ਟੁੱਟੇ ਨੇ ਚੱਕਦੇ ਫਿਰ ਇਹਨਾਂ ਨੂੰ ਮਾਰੀ ਜਾਂਦੀ ਆ ਠੇਡੇ ਤੇ। ਤੂੰ ਬਾਲੀ ਜਵਾਨ ਚਲਾਉਣ ਲੱਗ ਗਈ, ਮੈਨੂੰ ਲੱਗਦਾ ਤੇਰੀ ਜਵਾਨ ਵੱਢਣੀ ਪੈਣੀ ਆ। ਨਹੀਂ ਕੱਲ ਵੱਢਣੀ ਪੈਣੀ ਆ, ਤੇਰੀ ਵੱਢਣੀ ਆ। 2 ਸਾਲ ਹੋ ਗਏ ਇਹੀ ਕੰਜਰ ਕਲੇਸ਼ ਦੇਖਦੀ ਨੂੰ। ਮੈਂ ਕਹਿੰਦੀ ਆ ਝਾੜੂ ਚੱਕ ਕੇ ਤੇਰੇ ਮੈਂ 2 ਮਾਰਨੇ ਆ। ਆਪ ਨਾ ਖਾ ਲਈ, ਜਿਹੜਾ ਕਰਦੀਆਂ ਨਾ ਉਹ ਤੋਂ ਵੀ ਜਾਏਂਗੀ। ਤੂੰ ਚੁੱਪ ਕਰ ਜਾ ਇੱਥੇ, ਕਰ ਜਾ ਚੁੱਪ ਨਾਲੇ, ਪੜ ਦੋ ਤੇਰੀ ਇੱਕ ਨਾਲ ਦਾ ਸਾਰਾ ਡੱਬਰ ਤੜਕੇ ਪਾ ਕੇ ਹੋ ਜੂ ਪਰੇਸ਼। ਮੇਰਾ ਤਾਂ ਦਿਮਾਗ ਖਾ ਲਿਆ, ਤੇਰਾ ਕਾਹਨੂੰ ਖਾ ਲਿਆ ਦਿਮਾਗ, ਤਾਂ ਮੇਰਾ ਚੱਟਿਆ ਗਿਆ, ਫੁੱਟ ਗਈ ਮੇਰੀ ਕਿਸਮਤ ਜਿਹੜੀ ਤੇਰੀ ਡੈਣ ਦੇ ਪੱਲੇ ਪੈ ਗਈ। ਮੈਂ ਕਿੱਥੇ ਵਿਆਹ ਕੇ ਲਿਆਂਦੀ ਆ ਤੂੰ? ਮੈਂ ਤਾਂ ਹੋਰ ਨਾ ਖੌਂਸੜੇ ਖਾ ਲਈ ਲੱਗੀ ਆ ਤੇ ਚੱਬਰ ਚੱਬਰ ਬੋਲਣ। ਮੈਨੂੰ ਲੱਗਦਾ ਤੂੰ ਖਾਵੇਂਗੀ ਖੌਂਸੜੇ, ਤਾਂ ਕਰ ਲੱਗਦਾ ਮੈਥੋਂ ਨਹੀਂ ਹੁੰਦਾ। ਕੋਈ ਨਾ ਆ ਜਾਣ ਦੇ ਮੁੰਡੇ ਨੂੰ, ਤੈਨੂੰ ਮੈਂ ਬੰਨ ਕੇ ਕਟਵਾਉਂਗੀ। ਤੂੰ ਕੀ ਸਮਝ ਰੱਖਿਆ ਗਿਆ ਸਾਨੂੰ, ਵੀ ਇਹ ਤਾਂ ਬੋਲਦੇ ਹੀ ਨਹੀਂ ਕੁਛ ਵੀ, ਕਿੱਡੀ ਜੀਭ ਚੱਲੀ ਆ, ਅਣ ਹੋਇਆਂ ਦੀ ਕਿੱਥੇ ਪੇਸ਼ ਪਾਈ ਹੈਗੀ। ਮਰ ਜੇ ਵਿਚੋਲਾ ਇਹ ਜਿਹਨੇ ਮੇਰਾ ਪੁੱਤ ਡੋਬਤਾ। ਹੁਣ ਆ ਇਹਨਾਂ ਨੇ ਨਵਾਂ ਕੀ ਸਿਆਪਾ ਛੇੜਨਾ, ਰੋਜ਼ ਦੀ ਰਹਿਦਾ ਮਾਤਾ। ਖੜ ਜਾ ਪੱਟੀ ਤਾਂ, ਰਮ ਨੂੰ ਇਸ ਨਾਲ ਹੀ ਕੁੱਟੂ। ਉਹ ਖੜ ਜਾ ਮਾਂ, ਕਿੱਧਰ ਜਾਈ ਜਾਂਦੀ ਆ, ਕੀ ਰੌਲਾ ਪਾ ਰੱਖਿਆ ਤੁਸੀਂ ਤੜਕੀ? ਵੇ ਪੁੱਤ, ਬੋਕਰ ਲੈ ਕੇ ਮੈਨੂੰ ਕਹੀ ਤੈਨੂੰ ਕੁੱਟੂਗੀ। ਉਦੋਂ ਫਿਰ ਤੈਹੀ ਨਹੀਂ ਛੇੜੀ ਦੀ, ਹੁਣ ਕੁੱਟੂਗੀ, ਹੁਣ ਕੱਟਦੀ ਵੀ ਨਹੀਂ। ਮੈਨੂੰ ਕੀ ਪਤਾ ਸੀ ਪੁੱਤ ਵੀ ਇਹ ਜੀ ਨਿਕਲੂਗੀ, ਇਹ ਜੀ ਨਿਕਲੂਗੀ। ਉਦੋਂ ਮੈਂ ਕਿਹਾ ਸੀ ਮੈਨੂੰ ਕਰਾ ਲੈਣ ਦੇ ਵਿਆਹ। ਫੁੱਟ ਗਏ ਤੇਰੇ ਕਰਮ, ਕੋਈ ਨਾ ਕਰਮ ਤੈ ਭੰਨੇ ਨੇ ਕਰਮ। ਫਿਰ ਹੁਣ ਕੀ ਹੋ ਗਿਆ? ਹੁਣ ਆਪਸ ਨਹੀਂ ਕੱਢਦੀਆਂ, ਰੋਜ਼ ਦੂਜੇ ਦਿਨ ਝੱਜੂ ਪਾ ਲੈਂਦੀਆਂ ਤੁਸੀਂ ਕਿਸੇ ਨਾ ਕਿਸੇ ਕੰਮ ਪਿੱਛੇ। ਅੱਜ ਕੀ ਹੋ ਗਿਆ? ਕੀ ਦੱਸਾਂ ਪੁੱਤ, ਇਹਨੇ ਤਾਂ ਹਰਾਮ ਜਾਦੀ ਨੇ ਨਾ ਮੇਰਾ ਲਹੂ ਪੀ ਲਿਆ, ਅੱਧਾ ਦਿਮਾਗ ਖਾ ਗਈ, ਅੱਧਾ ਹੀ ਰਹਿ ਗਿਆ ਪੁੱਤ ਮੇਰੇ ਤਾਂ ਪੱਲੇ। ਹੁਣ ਦੱਸ ਮੈਂ ਇਹਦਾ ਕੀ ਕਰਾਂ? ਇਹਨੂੰ ਮੈਂ ਤਾਂ ਕਹਿੰਦੀ ਹਾਂ ਕੰਜਰੀ ਨੂੰ ਘਰੋਂ ਬਾਹਰ ਕੱਢ ਦਿੰਦੇ ਹਾਂ, ਫਿਰ ਆਊ ਮੈਨੂੰ ਤਾਂ ਰਜਾਣਾ। ਪੁੱਤ ਤੂੰ ਕਿਹੜਾ ਬੁੜਾ ਹੋ ਗਿਆ, ਬਥੇਰੇ ਮਿਲ ਜਾਣਗੇ ਨਾ, ਪਰ ਇਹਨੂੰ ਨੀ ਮੈਂ ਛੱਡਦੀ ਇੱਥੇ ਘਰੇ। ਜਿਹੜੇ ਮੈਨੂੰ ਅੱਜ ਸਵਾਲ ਜਵਾਬ ਦਿੱਤੇ ਨਾ, ਇਹਦਾ ਬਦਲਾ ਲੈ ਕੇ ਛੱਡੂ ਲੈ ਕੇ। ਹਾਂ ਹੌਲੀ ਤਾਂ ਬੋਲ ਪਾਵਾਂ, ਕਿਉਂ ਜਲੂਸ ਕੱਢੀ ਜਾਂਦੀ ਆ ਤੂੰ? ਮੈਂ ਕਿਵੇਂ ਬੋਲ ਪਾ ਹੌਲੀ? ਹੋਇਆ ਕੀ ਆ ਮੈਨੂੰ ਐਂ ਤਾਂ ਦੱਸ ਦੇ ਹੁਣ। ਵੇ ਪੁੱਤ ਹੋਇਆ ਕੀ ਨੀਗਾ, 9 ਵਜੇ ਤਾਂ ਉੱਠਦੀ ਹੈ, ਉੱਠ ਕੇ ਕਹਿੰਦੀ ਚਾਹ ਦੇਈ ਮੈਨੂੰ, ਮੈਂ ਚਾਹ ਫੜਾਉਣੀ ਆ ਉਹਨੂੰ, ਤੇ ਆਖਿਆ ਨਾ ਮੈਂ ਕੂੜਾ ਸੰਭਰ ਜਾ ਦੇਖ ਕਿੰਨਾ। ਮੇਰੀ ਗੱਲ ਸੁਣੀ, ਹੁਣ ਤੈਨੂੰ ਕੂੜਾ ਦਿਖਦਾ? ਉਦੋਂ ਮੈਂ ਕਿਹਾ ਸੀ ਜਿਹੜੀ ਕੁੜੀ ਨਾਲ ਮੈਂ ਕਹਿੰਦੀ ਉਦੋਂ ਕਰਾਉਣ ਦੀ ਸੌਖੀ ਨਾ ਰਹਿੰਦੀ, ਝਾੜੂ ਵੀ ਨਹੀਂ ਪਸੰਦ ਵਿਚੋਲਾ ਕਰਾਉਂਦਾ, ਉਧਰ ਕਰਾ ਉਧਰ ਕਰਾ। ਪੁੱਤ ਮੇਰੀ ਗੱਲ ਸੁਣ, ਉਦੋਂ ਮੈਂ ਤਾਂ ਕਰਿਆ ਸੀ ਤੇਰਾ ਵੀ ਇਹ ਘਰ ਦਾ ਕੰਮ ਕਰੂਗੀ, ਜਿਹੜੇ ਤੂੰ ਕਰਾਵੇਂਗਾ ਫਿਰ ਉਹ ਮਰਜ਼ੀ ਵਾਲੀ ਹੋ ਗਈ, ਉਹਨੇ ਕੰਮ ਨਹੀਂ ਕਰਨਾ, ਤਾਂ ਮੈਂ ਸੋਚੀ ਸੀ ਇਹ ਗੱਲ। ਹੁਣ ਇਹ ਕਰਦੀ ਆ ਫਿਰ ਤੇਰੀ ਮਰਜ਼ੀ ਵਾਲੀ ਦੀ ਇਹ? ਫਿਰ ਤੂੰ ਹੁਣ ਕਰਾ ਲਾ, ਮੈਂ ਤੈਨੂੰ ਕਹੀ ਤਾਂ ਜਾਨੀ ਆ, ਤੂੰ ਮੇਰੀ ਗੱਲ ਹੀ ਨਹੀਂ ਸਮਝਦਾ। ਮੈਂ ਤਾਂ ਕਰਾ ਲੂੰਗਾ, ਇਹਦਾ ਕੀ ਕਰੇਂਗੀ ਫਿਰ? ਜਦੋਂ ਲਿਆ ਕੇ ਬਿਠਾਈ ਨਾ ਉਹ, ਇਹ ਤਾਂ ਆਪੇ ਭੱਜ ਜੂਗੀ, ਤੂੰ ਦੇਖੀ ਤਾਂ ਸਹੀ ਕਿਵੇਂ ਤਿੱਤਰ ਹੁੰਦੀ ਆ। ਚਲ ਫਿਰ ਤੂੰ ਨਾ ਕਹੀਂ ਕੁਛ, ਮੈਂ ਤਾਂ ਕਰਾ ਲੂੰਗਾ। ਨਾ ਮੈਂ ਨਹੀਂ ਕੁਛ ਕਹਿੰਦੀ। ਚਲ ਹੁਣ ਲਾ ਲਾ ਉਈ ਨਾ, ਰੋਜ਼ ਰੋਜ਼ ਤੜਕੀ ਪਾਉਂਦੀਆਂ ਨੇ, ਕਲੇਸ਼ ਜਲੂਸ ਕੱਢ ਕੇ ਰੱਖ ਦਿਓ ਤੁਸੀਂ ਸਾਰੇ। ਮੈਂ ਤਾਂ ਕੋਈ ਕਰਦੀ, ਪਤਾ ਕੀ ਆ ਪੁੱਤ, ਮੈਨੂੰ ਇੰਨੀ ਭੁੱਖ ਲੱਗੀ ਪਈ ਆ, ਮੇਰਾ ਕਾਜ ਆ ਬਾਹਰ ਨੂੰ ਆਉਂਦਾ, ਮੈਨੂੰ ਰੋਟੀ ਨਹੀਂ ਬਣਾ ਕੇ ਦਿੱਤੀ ਹਜੇ। ਚਲ ਹੁਣ ਤੂੰ ਹੀ ਲਈ ਤੀ ਪਰੌਂਠੇ, ਇਸੇ ਦੀ ਖਾਈ ਤੂੰ ਹੁਣ। ਕੋਈ ਨਹੀਂ, ਮੇਰੀ ਸੌਕਰ ਦੀ ਪੱਤੂ ਗੁੱਤਣੀ ਇਹਦੇ ਨਾਲ ਹੀ, ਤੂੰ ਦੇਖੀ ਸਹੀ, ਤੂੰ ਨਾ ਬੋਲੀ। ਹਾਂ ਮੈਂ ਤੈਨੂੰ ਪਤਾ ਨਾ, ਇੱਥੇ ਖੜੀ ਆ ਮੈਡਮ, ਬੜੀ ਬਾਰੇ ਕੀ ਜਲੂਸ ਕੱਢਿਆ ਤੁਸੀਂ? ਕਿਉਂ ਆਪਦੀ ਮਾਂ ਨੂੰ ਨਹੀਂ ਸਮਝਾ ਸਕਦਾ? ਮਾਂ ਨੂੰ ਕੀ ਸਮਝਾਵਾਂ, ਤੁਹਾਡਾ ਰੋਜ਼ ਦਾ ਕੰਮ ਆ, ਤੁਹਾਡਾ ਤੜਕੀ ਜਲੂਸ ਕੱਢਣ ਲੱਗ ਜਾਂਦੀ ਆ ਤੁਸੀਂ ਦੋਨੇ ਜਾਣੀਆਂ। ਉਹਨੂੰ ਸਮਝਾ। ਕੀ ਸਮਝਾਵਾਂ, ਮੈਂ ਤੂੰ ਇੱਥੇ ਮੈਡਮ ਬੜੀ ਤੜਕੀ ਲੱਗ ਗਈ ਸਰ ਪੋਚਣਾ। ਪੁੱਠਾ ਬੋਲਦੀ ਐ, ਝਾੜੂ ਲਾਉਣ ਲੱਗ ਰਹੀ ਸੀ ਆ ਕੇ ਵਿੱਚ ਫਸਦੀ ਐ, ਫਿਰ ਕਰ ਲਏ ਆਪੇ। ਹੁਣ ਮੈਥੋਂ ਕਰ ਲੈ ਫਿਰ, ਤੈਨੂੰ ਨਹੀਂ ਸਿਖਿਆ ਤੇਰੀ ਮਾਂ ਨੇ ਕੁਛ? ਮਾਂ ਤੱਕ ਨਾ ਜਾਈ, ਸੁਣ ਗਿਆ? ਤੂੰ ਜਾਨੀ ਐ ਮੇਰੀ ਮਾਂ ਤੱਕ? ਤੇਰੀ ਮਾਂ ਨੂੰ ਅਕਲ ਹੈ ਨਾਲੇ ਤੈਨੂੰ? ਬਹਿ ਜਾ ਬਹਿ ਜਾ, ਮੈਨੂੰ ਪਹਿਲੀ ਨਹੀਂ ਪਸੰਦ, ਤੂੰ ਕਿੱਥੋਂ ਮੇਰੇ ਗਲ ਪਾਤੀ ਇਹ?
ਪਸੰਦ ਹੋਵਾਂ ਨਾ ਹੋਵਾਂ ਫਿਰ ਮੈਂ ਤਾਂ ਇੱਥੇ ਰਹੂੰਗੀ। ਐਂ ਕਿਵੇਂ ਇੱਥੇ ਰਹੇਂਗੀ? ਆਹ ਬੋਰੀ ਬਿਸਤਰਾ ਚੱਕ ਡੰਡੀ ਪੈ ਰਿਹਾ, ਐਂ ਨਹੀਂ ਚੱਲਦਾ, ਰੋਜ਼ ਰੋਜ਼ ਕਲੇਸ਼ ਕਰੀ ਜਾਂਦੀ ਰਹਿੰਦੀ ਆ ਤੂੰ। ਐਂ ਕਿਵੇਂ ਚੱਕ ਬੋਰੀ ਬਿਸਤਰਾ? ਉਦੋਂ ਪੈਸੇ ਮੰਗਣ ਵਾਰੀ ਤਾਂ ਮੇਰੇ ਬਾਪ ਤੋਂ ਐਡਾ ਮੂੰਹ ਅੱਡ ਲਿਆ ਸੀਗਾ। ਮੇਰੀ ਗੱਲ ਸੁਣ ਲਾ, ਬੜਾ ਫਾਲਤੂ ਜਾ ਨਾ ਬੋਲ, ਮੂੰਹ ਕੁੱਟ ਦੂੰ ਮੈਂ, ਜਿਹੜੇ ਜੂੰਡੇ ਜੇ ਪੋਚੀ ਜਾਂਦੀ ਆ ਨਾ ਮਿੰਟ 'ਚ ਖੰਡਿਆ ਨੂੰ ਮਾਰ ਕੇ ਥਾਪੜਾ ਪੋਚੀ ਜਾਂਦੀ ਆ। ਹੱਥ ਲਾ ਕੇ ਤਾਂ ਦਿਖਾ ਦਵਾਂ ਤੈਨੂੰ। ਤੂੰ ਰਹਿਣ ਦੇ ਪਹਿਲੀ ਨਹੀਂ ਪਸੰਦ ਮੈਨੂੰ ਇੱਥੇ ਤੂੰ। ਫਿਰ ਮੈਂ ਕੀ ਕਰਾਂਦੀ, ਨਹੀਂ ਪਸੰਦ ਹੋਵਾਂ ਨਾ ਹੋਵਾਂ ਮੈਂ ਤਾਂ ਇੱਥੇ ਰਹੂੰ। ਇੱਥੇ ਆ ਕੇ ਮੈਂ ਰਹਿ ਜਾਂਗੀ? ਤੂੰ ਆਪਦਾ ਚੱਕ ਬੋਰੀ ਬਿਸਤਰਾ ਭੱਜ ਜਾ ਰੋ, ਮੈਨੂੰ ਲੋੜ ਤੇਰੀ। ਮੈਂ ਤਾਂ ਜਾਂਦੀ ਨਹੀਂ, ਇੱਥੇ ਰਹੂੰ, ਇੱਥੇ ਤੁਹਾਡੀ ਕਿੱਥੇ ਦੀ ਗੱਲ ਕਰ ਕੇ ਮੈਂ ਭੇਜ ਕੇ ਦਿਖਾਉਂ ਤੈਨੂੰ ਕਿਵੇਂ ਭੇਜੀਦਾ ਹੁੰਦਾ। ਚੰਗਾ ਮੈਂ ਭੇਜੂ ਤੈਨੂੰ, ਕਰ ਲੈ ਜਿਹੜਾ ਕੁਝ ਹੁੰਦਾ। ਕੋਈ ਨਹੀਂ, ਤੈਨੂੰ ਬਤਾ ਗਿਆ ਇਹ ਭੇਜਣ ਵਾਲਾ, ਉਹਦਾ ਤਾਂ 700 ਬੰਦਾ ਲੈ ਕੇ ਤੁਰ ਗਿਆ ਬਰਾਤ ਲੈਣ ਕੇ। ਹੁਣ ਤੁਹਾਨੂੰ ਪਸੰਦ ਨਹੀਂ ਹੈਗੀ ਇਹ ਜੀ? ਤੇਰੀ ਮਾਂ ਮਲੰਗਣੀ ਸਾਰੇ ਜਾਣ ਦੀ ਸੜੇ ਹੋਏ ਕਿਸੇ ਥਾਂ ਦੇ ਵੀ ਪਕਾ ਕੇ ਖਵਾ ਦੂੰ, ਕਿੱਥੇ ਆਪ ਨੂੰ ਬਾਲਣ ਫੁਕਰ ਕਰਕੇ ਖਾਣਾ ਪੈਂਦਾ ਗਾ। ਹੈਂ ਕਿੱਡੀ ਬੋਰੀ ਆ, ਖਾ ਖਾ ਕੇ ਢੱਠੇ ਵਰਗੀ, ਕੰਮ ਦਾ ਡੱਕਾ ਨਹੀਂ ਤੋੜਦੀ। ਚੱਲ ਮਨਾ, ਤੂੰ ਤਾਂ ਖਾ। ਉਹ ਬੇਬੇ ਮੈਨੂੰ ਵੀ ਲਿਆ ਦੇ ਰੋਟੀ, ਰੋਟੀ ਕੱਲੀ ਖਾਈ ਜਾਂਦੀ ਆ ਬੈਠੀ ਆ। ਪੁੱਤ ਕੀ ਕਰਾਂ, ਕਾਲਜਾ ਬਾਹਰ ਨੂੰ ਆਈ ਜਾਂਦਾ ਸੀ ਭੁੱਖੀ ਦਾ, ਆਪ ਪਕਾ ਕੇ ਖਾਦੀਆਂ ਨਾ। ਕਾਲਜਾ ਬਾਹਰ ਤੁਹਾਡਾ ਤਾਂ ਰੋਜ਼ ਦੀ ਰਹਿਣਾ, ਸਾਡੇ ਤਾਂ ਕਾਲਜੇ ਬਾਹਰ ਆਈ ਰਹਿੰਦੇ ਨੇ। ਉਹ ਪਹਿਲਾਂ ਕਹਿੰਦੇ ਨਾ ਸਹੇੜ, ਇਹਨੂੰ ਨਾ ਸਹੇੜ, ਉਹ ਤਾਂ ਲੱਗ ਕੇ ਵਿਚੋਲੇ ਜੇ ਮਗਰ ਕਰਾ ਤਾ, ਨਾ ਨਾ ਕਰਾ ਲਾ, ਨਾ ਨਾ ਕਰਾ ਲਾ, ਮੈਨੂੰ ਵੀ ਦੰਮੇਗੀ ਉਹ ਤੋਂ। ਆਪ ਤਾਂ ਮੌਜਾਂ ਨਾਲ ਥਾਲ ਭਰ ਦਿਓ, ਕਿਧਰੇ ਸਲਾਦ ਘਿਓ ਪਾ ਕੇ ਇੰਨਾ ਕੁਛ ਖਾਂਦੀ ਆ ਪੁੱਤ, ਮੈਨੂੰ ਵਿੱਚ ਮੈਨੂੰ ਵੀ ਦੁਖੀ ਕਰ ਰੱਖਿਆ ਹੈਗਾ। ਸੱਚ ਮੈਂ ਇਹ ਕਹਿੰਦੀ ਹਾਂ ਪੁੱਤ, ਜਿਹੜੇ ਨਾਲ ਤੂੰ ਕਹਿੰਦਾ ਸੀ ਵਿਆਹ ਕਰਾਉਣ ਨੂੰ, ਉਹ ਵਿਆਹੀ ਗਈ ਕਿ ਕੁਮਾਰੀ ਆ ਹਜੇ? ਹੁਣ ਤੈਨੂੰ ਹੋ ਜਾਦਾ ਗੀ, ਕੰਮ ਕੁੰਮ ਤਾਂ ਕਰ ਲੈਂਦੇ, ਜਾਤ ਤਾਂ ਮੇਰੇ ਤਾਂ ਹੀ ਆਉਂਦੀ ਆ ਤੇਰੇ ਕਰਕੇ ਪੁੱਤ। ਕੀ ਕਰਾਂ, ਕੰਮ ਕੁੰਮ ਤਾਂ ਕਰ ਲੈਂਦੀ ਆ, ਪਤਾ ਨਹੀਂ ਮੈਂ ਤਾਂ ਗੱਲ ਨਹੀਂ ਕਰੀ। ਤੂੰ ਤਾਂ ਪੁੱਤ ਜ਼ਿੰਦਗੀ ਕੱਢਣੀ ਹੈਗੀ, ਮੇਰਾ ਕੀ ਆ? ਮੈਂ ਪਤਾ ਦੋ ਚੁੰਨੀਆਂ ਦੀ ਹੈਗੀ ਆ ਕਨਾ। ਜੇ ਤੈਨੂੰ ਐ ਪਤਾ ਸੀ ਤੇਰਾ ਕੀ ਆ, ਉਦੋਂ ਕਿਉਂ ਸਹੇੜੀ ਤਾਂ ਇਹ? ਪੁੱਤ ਮੈਨੂੰ ਤਾਂ ਐ ਸੀ ਇਹ ਕੰਮ ਕਰੂ, ਨਹੀਂ ਤੈਨੂੰ ਪਤਾ ਵੀ ਜ਼ਿੰਦਗੀ ਇਹਨੇ ਕੱਢਣੀ ਆ। ਉਦੋਂ ਤਾਂ ਸਿਆਣੀ ਲੱਗਦੀ ਸੀ, ਭੋਲੀ ਜੀ ਬਣ ਗਈ, ਮੈਨੂੰ ਕੀ ਪਤਾ ਵੀ ਤੇ ਐਡੀ ਜੀਭ ਲੱਗੀ ਹੋਈ ਆ ਕੁੱਤੀ ਦੇ। ਪਤਾ ਨਹੀਂ ਮੈਂ ਨਹੀਂ ਪੁੱਛਿਆ ਉਹਨੂੰ, ਕੁਵਾਰੀ ਆ ਜਾਂ ਵਿਆਹੀ ਗਈ, ਮੇਰੀ ਗੱਲ ਨਹੀਂ ਹੋਈ ਉਹਦੇ ਨਾਲ ਹਲੇ। ਤੂੰ ਗੱਲ ਕਰਕੇ ਦੇਖ ਪੁੱਤ, ਕਰਦਾ ਗੱਲ ਉਹ ਹੁਣ ਇਹਨੂੰ ਕਿਵੇਂ ਕੱਢੇਂਗੀ ਘਰੋਂ? ਮਾਂ ਮੈਂ ਕੱਢ ਆਪੇ ਦੇਊਂਗੀ, ਤੂੰ ਕਿਹੜਾ ਉਹਦੇ ਨਾਲ ਗੱਲ ਕਰ, ਬਸ ਆਪੇ ਤੂੰ ਦੇਖੀ ਤਾਂ ਸਹੀ, ਦੇਖ ਲਾ ਤੂੰ, ਫੇਰ ਨਾ ਕਹੀਂ ਐ ਕਰਤਾ। ਪੁੱਤ ਕੇਰਾ ਟਿੱਬੇ ਤੇ ਪਾਣੀ ਚੜਾ ਲੈ, ਉਦੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ। ਚੱਲ ਫਿਰ ਦੇਖ ਲਈ ਤੂੰ ਹੁਣ ਹੁੰਦਾ ਕੀ ਆ। ਬਸ ਇਹਨੇ ਸਮਝਿਆ ਕੀ ਆ ਵੀ ਆਪਾਂ ਅਜੇ ਟਿਕ ਜਾਂਗੇ ਇਹਦੀਆਂ ਗਾਲਾਂ ਖਾ ਕੇ? ਆਏ ਨੀ ਮੈਂ ਟਿਕਦੀ। ਚੱਲ ਠੀਕ ਆ, ਮੈਂ ਆਪੇ ਕਰ ਲੂੰ ਗੱਲ ਗੁੱਲ, ਤੂੰ ਰੋਟੀ ਲੈ ਕੇ ਆ। ਮੈਂ ਵੀ ਬਹੁਤ ਕਬੀ, ਮੈਨੂੰ ਖਾ ਲੈਣ ਦੇ ਪੁੱਤ। ਚੱਲ ਖਾ ਲੈ, ਲੈ ਕੇ ਦਿੰਨੀ ਆ। ਹਾਂ ਆ ਗੇਟ ਗੂੜ ਦਾ ਝੰਮਿਆ ਮੈਂ ਸਾਨੂੰ ਜਾ ਝੰਮਿਆ ਜਾ ਕੇ, ਹੋਰ ਕੋਈ ਦੇਖ ਲੂਗਾ ਫਿਰ। ਅਗਲਾ ਕਹਿੰਦਾ ਬੁੜੀ ਆਪ ਹੀ ਪਕਾ ਕੇ ਖਾਂਦੀ ਆ, ਇਹਦਾ ਕੀ ਆ, ਇਹ ਤਾਂ ਬੇਸ਼ਰਮ ਹੋ ਗਈ। ਚੱਲ ਹਾਂਜੀ। ਉਹ ਯਾਰ ਬਹੁਤ ਦਿਨ ਹੋ ਗਏ ਫੋਨ ਕਰੇ ਨੂੰ, ਕੀ ਗੱਲ ਆ, ਟਾਈਮ ਨਹੀਂ ਲੱਗਿਆ ਕਿਉਂ, ਐਡੀ ਕਾਹ 'ਚ ਬਿਜੀ ਸੀ ਤੂੰ? ਨਹੀਂ ਮੈਂ ਕਾਹਨੂੰ ਭੁੱਲਿਆ ਯਾਰ, ਨਹੀਂ ਨਹੀਂ ਕਾਹਨੂੰ, ਇਹ ਗੱਲ ਨਹੀਂ ਹੈਗੀ ਫਿਰ, ਤੈਨੂੰ ਹੀ ਕਰਦਾ ਪਿਆਰ ਮੈਂ, ਹੋਰ ਕਿਹਨੂੰ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ, ਤੂੰ ਤਾਂ ਐਵੇਂ ਸ਼ੱਕ ਕਰੀ ਜਾਂਦੀ ਰਹਿੰਦੀ ਹੈ। ਕੋਈ ਨਹੀਂ ਆ ਜੂ ਮੈਂ, ਨਹੀਂ ਪੱਕਾ ਹੂੰ, ਬੋਲ ਕਿੱਥੇ ਆਉਣਾ ਗਾ, ਕੱਲ੍ਹ ਨੂੰ ਮਿਲ ਲੈਂਦੇ ਹਾਂ। ਨਹੀਂ ਨਹੀਂ ਇਹੋ ਜਿਹੀ ਕੋਈ, ਕਿਹਦਾ ਫੋਨ ਆ ਰਿਹਾ? ਕਿਸੇ ਦਾ ਨਹੀਂ, ਤੈਂ ਕੀ ਲੈਣਾ, ਕਿਹਦਾ ਮਰਜ਼ੀ ਫੋਨ ਹੋਵੇ। ਕਿਉਂ ਕਿਉਂ ਨਹੀਂ ਲੈਣਾ? ਕਿਉਂ, ਕੋਈ ਰਿਸ਼ਤਾ ਨਹੀਂ ਮੇਰਾ ਤੇਰੇ ਨਾਲ। ਤੈਂ ਕੀ ਲੈਣਾ ਫੋਨ, ਕਿਸੇ ਦਾ ਮਰਜ਼ੀ ਹੋਵੇ ਯਾਰ, ਕਿਉਂ ਮੈਂ ਫੋਨ ਨਹੀਂ ਕਰ ਸਕਦਾ? ਕਿਉਂ ਮੈਂ ਪੁੱਛ ਨਹੀਂ ਸਕਦੀ? ਤੈਨੂੰ ਪੁੱਛ ਕੇ ਕਰਿਆ ਕਰਾਂ ਫੋਨ ਮੈਂ? ਪੁੱਛ ਕੇ ਕਰਿਆ ਕਰਾਂ ਮੇਰੇ, ਜਦੋਂ ਮੈਨੂੰ ਫੋਨ ਆਉਂਦਾ ਉਦੋਂ ਤਾਂ ਕਿਹਦਾ ਫੋਨ ਆਇਆ, ਕਿਹਦਾ ਫੋਨ ਆਇਆ, ਮਿੰਟਾਂ 'ਚ ਸਾਰਾ ਫੋਨ ਤੈਨੂੰ ਕਰ ਲੈਂਦਾ ਫੋਨ ਦੀ ਰਿਕਾਰਡਿੰਗ ਕਰਕੇ। ਫੋਨ ਤੈਂ ਮੇਰੇ ਫੋਨ ਤੋਂ ਕੀ ਲੈਣਾਗਾ? ਆ ਕਿਹਨੂੰ ਕਰੀ ਜਾਂਦਾ, ਕਿੱਥੇ ਮਿਲਣਾ, ਕਿੱਥੇ ਮਿਲਣਾ? 100 ਮੇਰੇ ਯਾਰ ਦੋਸਤ ਨੇ, ਕਿਹਨੂੰ ਮਰਜ਼ੀ ਮਿਲਾਂ ਮੈਂ, ਤੈਨੂੰ ਦੱਸ ਕੇ ਜਾਇਆ ਕਰਾਂ? ਯਾਰ ਦੋਸਤ ਨੇ ਤੇਰੇ ਵੱਡੇ ਡੀਸੀ ਦੇ। ਬਾਲਾ ਨਾ ਬੋਲ, ਤੂੰ ਵਗ ਜਾ ਕਿਤੇ ਹੋਰ, ਮੈਥੋਂ ਕੁਛ ਕਰਵਾ ਲੈ ਤੂੰ, ਵਗ ਜਾ। ਐਂ ਕਿਵੇਂ ਕਰ ਦੇਂਗਾ, ਕਿਉਂ ਹੋਈ ਆਈਆਂ ਮੈਂ ਫਾਲਤੂ? ਯਾਰ ਤੈਂ ਕੀ ਲੈਣਾਗਾ ਹੱਥੋਂ ਨਾ, ਜਦੋਂ ਮੈਂ ਉਦੋਂ ਕਿਹਾ ਸੀਗਾ ਤੁਹਾਡੀ ਮਾਂ ਨੂੰ, ਉਦੋਂ ਤਾਂ ਮੰਨੀ ਨਹੀਂ ਹੈਗੀ ਉਹ। ਓ ਯਾਰ ਮੰਨੀ ਕਾਹਨੂੰ, ਮਾਂ ਤਾਂ ਮੰਨੀ ਪਈ ਹੈਗੀ ਮੰਨਣ ਨੂੰ, ਉਹ ਤਾਂ ਉਦੋਂ ਤਾਂ ਉਹੀ ਲੜਦੀ ਦੀ ਉਹ। ਹੁਣ ਮੰਨਣ ਨਾ ਮੰਨਣ ਨਾਲ ਮੈਂ ਕੀ ਕਰਾਂ, ਲੜਦੇ ਤੁਸੀਂ ਆਪ ਆਉਂਗੇ ਉਹਦੇ ਨਾਲ। ਯਾਰ ਉਹਦੇ ਨਾਲ ਤਾਂ ਮੇਰੇ ਤਾਂ ਉਈ ਗੱਲ ਪਾ ਦੀ ਉਹ, ਮੈਨੂੰ ਤਾਂ ਉਹੀ ਨਹੀਂ ਪਸੰਦ ਹੈਗੀ ਉਹ। ਹੁਣ ਜਦੋਂ ਤੁਹਾਡੇ ਨਾਲ ਲੜਾਈਆਂ ਕਰਨ ਲੱਗੀ ਹੁਣ ਤੁਹਾਨੂੰ ਮੈਂ ਯਾਦ ਆ ਗਈ? ਯਾਦ ਨਹੀਂ ਯਾਰ, ਮੈਂ ਤਾਂ ਪਹਿਲਾਂ ਵੀ ਤੇਰੇ ਨਾਲ ਹੀ ਕਰਾਉਣਾ ਸੀਗਾ, ਨਾਲੇ ਉਦੋਂ ਤਾਂ ਮੇਰੇ ਘਰਦੇ ਮੰਨੇ ਪਏ ਸੀਗੇ। ਹੁਣ ਮੈਂ ਆਪਦੇ ਘਰਦਿਆਂ ਨੂੰ ਕੀ ਕਹੂੰਗੀ ਵੀ ਮੁੰਡਾ ਵਿਆਹਿਆ ਹੋਇਆ? ਕਿਵੇਂ ਮਰਜ਼ੀ ਮਨਾ ਲਾ ਕੁਛ ਕਹਿ ਦੇ ਘਰਦਿਆਂ ਨੂੰ, ਨਾ ਦੱਸੀ ਹਾਲੇ। ਮੇਰੀ ਮਾਂ ਤਾਂ ਮੰਨੀ ਪਈ ਆ, ਮਾਂ ਮੂੰਹ ਵਾਲੀ ਕੋਈ ਟੈਨਸ਼ਨ ਨਹੀਂ ਹੈਗੀ। ਮੈਂ ਘਰਦਿਆਂ ਨੂੰ ਤਾਂ ਮਨਾ ਲੂੰਗੀ, ਆ ਜਿਹੜੀ ਤੁਸੀਂ ਉਹ ਗੱਡ ਰੱਖਿਆ ਐਡਾ ਵੱਡਾ ਜੰਡ, ਉਹ ਕਿੱਥੋਂ ਜਾਊਗਾ ਹੁਣ? ਉਹਦਾ ਕੀ ਚੱਕਰ ਆ, ਤੈਨੂੰ ਕੀ ਚੱਕਰ ਆ, ਉਹਨੂੰ ਕਿਹਨੇ ਪੁੱਛਣਾਗਾ?
ਫਿਰ ਵੀ ਚੱਕਰ ਤਾਂ ਹੈਗਾ ਪਿੰਡ ਵਾਲੇ ਕੀ ਕਹਿਣਗੇ ਯਾਰ ਪਿੰਡ ਵਾਲਿਆਂ ਦੀ ਸੁਣਨੀ ਆ ਤਾਂ ਹੈਗਾ ਆਪਦੀ ਜ਼ਿੰਦਗੀ ਦੇਖਣੀ ਹੈਗੀ ਪਹਿਲਾਂ ਮੇਰਾ ਧੱਕੇ ਨਾਲ ਕਰਤਾ ਦੇਖ ਲੈ ਕੀ ਕੁਛ ਹੋਈ ਜਾਂਦਾ ਗਾ ਹੁਣ ਤੂੰ ਕਰਵਾ ਲਈ ਧੱਕੇ ਨਾਲ ਕਿਸੇ ਨਾਲ ਮੈਂ ਤਾਂ ਤੁਹਾਨੂੰ ਕਹਿਣੀ ਸੀ ਵੀ ਧੱਕੇ ਨਾਲ ਕਰਵਾ ਲਓ ਤੁਸੀਂ ਇਹ ਕਰਵਾਇਆ ਸੀਗਾ ਮੈਂ ਤਾਂ ਹਜੇ ਤੱਕ ਕਰਵਾਇਆ ਨਹੀਂ ਮੈਂ ਵੀ ਤਾਂ ਕੁਆਰੀ ਬੈਠੀ ਹਾਂ ਯਾਰ ਬਹਿ ਕੇ ਗੱਲ ਕਰ ਦਿਆਂਗੇ ਠੀਕ ਹੈ ਐਵੇਂ ਟੈਨਸ਼ਨ ਨਾ ਲੈ ਤੁਸੀਂ ਤਾਂ ਮੈਨੂੰ ਵੀ ਟੈਨਸ਼ਨ 'ਚ ਪਾਤਾ ਕੋਈ ਨਹੀਂ ਹੋ ਜੂ ਹੱਲ ਸਾਰਾ ਟੈਨਸ਼ਨ ਨਾ ਲੈ ਕਰ ਫਾਲਤੂ ਦੀ ਬਾਕੀ ਦੇਖ ਲਓ ਤੁਸੀਂ ਜਿਹੜਾ ਕੁਛ ਕਰਨਾ ਮੈਂ ਤਾਂ ਹੁਣ ਤੁਹਾਨੂੰ ਆਪਦਾ ਦੱਸਤਾ ਨਾਲੇ ਤੁਹਾਡੇ ਕੋਲ ਨਾ ਹੁਣ 2 ਦਿਨ ਨੇ ਸਿਰਫ ਜੇ ਤੁਹਾਡੇ ਤੋਂ ਕੁਛ ਹੁੰਦਾ ਤਾਂ ਕਰ ਲਓ ਨਹੀਂ ਮੇਰੇ ਘਰਦਿਆਂ ਜਿਵੇਂ ਕਹਿਣਗੇ ਮੈਂ ਤਾਂ ਉਵੇਂ ਕਰਨਾ ਬਸ ਫਿਰ ਮੈਂ ਆਪੇ ਕਰ ਲੂੰ ਤੂੰ ਟੈਨਸ਼ਨ ਨਾ ਲੈ ਪਰ ਗੱਲ ਇਹ ਹੈ ਵੀ ਥੋੜਾ ਜਿਹਾ ਟਾਈਮ ਤਾਂ ਦੇ ਨਾ 2 ਦਿਨਾਂ 'ਚ ਕੀ ਹੋਊਗਾ ਟੈਨਸ਼ਨ ਕਿਉਂ ਨਾ ਲਵਾਂ ਮੈਂ ਕਿੰਨੇ ਟਾਈਮ ਦੀ ਤੁਹਾਡੇ ਨਾਲ ਖੜੀ ਹਾਂ ਤੁਹਾਡਾ ਵਿਆਹ ਵੀ ਹੋ ਗਿਆ ਤੁਸੀਂ ਆਪੇ ਵੇਖ ਲਓ ਹੁਣ ਮੈਂ ਕਿੰਨਾ ਕੁ ਟਾਈਮ ਹੋਰ ਵੇਟ ਕਰੀ ਜਾਵਾਂ ਯਾਰ ਚੱਲ ਮਾਂ ਤਾਂ ਮੰਨੀ ਪਈ ਹੈ ਗੱਲ ਇਹ ਹੈ ਵੀ ਕਰਨਾ ਕਿਵੇਂ ਆ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਇਹ ਹੁਣ ਤੁਸੀਂ ਬਈ ਆਪਣਾ ਆਪ ਸੋਚੋ ਹੁਣ ਮੈਂ ਥੋੜ੍ਹੀ ਨਾ ਉਹਨੂੰ ਘਰੇ ਜਾ ਕੇ ਬਾਹਰ ਕੱਢੂੰਗੀ ਅਗਲੀ ਨੂੰ ਨਾਲੇ ਉਹ ਨਿਕਲਣ ਲੱਗੀ ਹੈ ਤੁਹਾਡੇ ਕਹਿਣ ਤੇ ਬਾਹਰ ਫਿਰ ਬਾਹਰ ਉਹ ਤਾਂ ਕੀ ਵਿਗਾੜ ਦੂਗੀ ਚਾਹੇ ਘਰ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ ਉਹਦੀ ਕੀ ਟੈਨਸ਼ਨ ਆਪਾਂ ਨੂੰ ਗੱਲ ਮਾਂ ਦੀ ਮਾਂ ਮੰਨੀ ਪਈ ਹੈਗੀ ਫਿਰ ਹੁਣ ਕੋਈ ਤਾਂ ਪਲਾਨ ਬਣਾਓ ਕੀ ਕਰਨਾ ਕਿਵੇਂ ਕਰਨਾ ਕਰੂੰ ਯਾਰ ਕੁਛ ਤਾਂ ਹੀਲਾ ਕਰੂੰਗੀ ਹੁਣ ਜਦੋਂ ਤੈਨੂੰ ਇੰਨੇ ਟਾਈਮ ਤੋਂ ਖੜਾ ਰੱਖਿਆ ਮੈਂ ਕੁਛ ਤਾਂ ਕਰੂੰਗੀ ਨਾ ਕੋਈ ਸੋਚ ਕੇ ਰੋਕਿਆ ਹੋਇਆ ਤੈਨੂੰ ਵੀ ਚਲੋ ਦੇਖ ਲਿਓ ਜੋ ਕੁਛ ਵੀ ਕਰਨਾ ਫਿਰ 2 ਦਿਨਾਂ 'ਚ ਕਰ ਲਿਓ ਫਿਰ ਬਾਅਦ 'ਚ ਨਾ ਮੈਨੂੰ ਕਿਉਂ ਤੂੰ ਮੁੱਕਰ ਗਈ ਚੱਲ ਕੋਈ ਨਹੀਂ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਯਾਰ ਚੱਲ ਠੀਕ ਹੈ ਕੋਈ ਚੱਕਰ ਨਹੀਂ ਆਪਾਂ ਕਰਦੇ ਹਾਂ ਗੱਲਬਾਤ ਹੈ ਨਾ ਜੋ ਵੀ ਜਿੰਮ ਬਣਦਾ ਗਾ ਕੁਛ ਤਾਂ ਕਰਾਂਗੀ ਐਂ ਥੋੜ੍ਹੀ ਹੁਣ ਹੁੰਦਾ ਚੱਲ ਆ ਚੱਲਦੇ ਹਾਂ ਬਹੁਤ ਟਾਈਮ ਹੋ ਗਿਆ ਤੈਂ ਵੀ ਜਾਣਾ ਹੋ ਕਰੇ ਚਲੋ ਚੱਲ ਆ ਜਾ ਪ੍ਰੀਤ ਨਾਲੇ ਤੈਨੂੰ ਘਰ ਛੱਡ ਦਿੰਦਾ ਯਾਰ ਮੈਂ ਚਲੋ ਨਾਲੇ ਨਾ ਥੋੜ੍ਹਾ ਜਿਹਾ ਆ ਚੁੰਨੀ ਨਾਲ ਮੂੰਹ ਮੰਨ ਲਾ ਤੇਰਾ ਕਿਉਂ ਮੂੰਹ ਕਿਉਂ ਮੰਨ ਲਾ ਮੈਂ ਓਏ ਕੋਈ ਦੇਖ ਦੁੱਖ ਲੈਂਦਾ ਅੱਛਾ ਹੁਣ ਤੁਹਾਨੂੰ ਬੜਾ ਡਰ ਲੱਗਦਾ ਉਹ ਕਹਿੰਦੇ ਮੈਂ ਵਿਆਹ ਕਰਵਾਉਣਾ ਚੱਲ ਫਿਰ ਬਹਿ ਜਾ ਯਾਰ ਐਡੀ ਵੀ ਕੀ ਗੱਲ ਆ ਗਈ ਐਂ ਮੈਂ ਡਰਦਾ ਨਹੀਂ ਹੈਗਾ ਬਹਿ ਜਾ ਬਹੁਤ ਡਰਦੇ ਹੋ ਤੁਸੀਂ ਵੀ ਉਹ ਨਹੀਂ ਯਾਰ ਕੋਈ ਦੇਖ ਦੁੱਖ ਲੈਂਦਾ ਐਡੀ ਡਰਨ ਡੁਰਨ ਵਾਲੀ ਕੀ ਗੱਲ ਆ ਗਈ ਜਸ ਕਿਹਨੂੰ ਲਈ ਜਾਂਦਾ ਨਾਲ ਫੋਨ ਕਰਨ ਦੇ ਦੀਦੀ ਨੂੰ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਹਾਂਜੀ ਹਾਂਜੀ ਤੁਸੀਂ ਦੱਸੋ ਹੋਰ ਮੰਮੀ ਡੈਡੀ ਠੀਕ ਨੇ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਕੀ ਬੰਦਾ ਬਾ ਕੁਛ ਨਹੀਂ ਦੀਦੀ ਮੈਂ ਗੱਲ ਪੁੱਛਣੀ ਸੀ ਕਿ ਆਪਣੇ ਕੋਈ ਰਿਸ਼ਤੇਦਾਰ ਆਈ ਹੋਈ ਹੈ ਪਹਿਲਾਂ ਘਰੇ ਨਹੀਂ ਵੀਰੇ ਕੋਈ ਨਹੀਂ ਆਇਆ ਤੇ ਆ ਜਸ ਵੀਰਾ ਕਿਹਨੂੰ ਜਾਂਦਾ ਸੀ ਬਿਠਾਈ ਕਿੱਥੇ ਆ ਪਾਰਕ ਚੋਂ ਨਿਕਲਿਆ ਬੁਲਟ ਤੇ ਜਾਂਦਾ ਸੀ ਬਿਠਾਈ ਕਿਸੇ ਨੂੰ ਪਿੱਛੇ ਕੌਣ ਸੀ ਕੋਈ ਜਨਾਨੀ ਸੀ ਕਿ ਕੋਈ ਕੁੜੀ ਸੀ ਹਾਂਜੀ ਹਾਂਜੀ ਕੁੜੀ ਸੀਗੀ ਕੋਈ ਅੱਛਾ ਹਾਂਜੀ ਨਹੀਂ ਵੀਰੇ ਕੋਈ ਰਿਸ਼ਤੇਦਾਰ ਨਹੀਂ ਆਇਆ ਚਲੋ ਆਉਂਦੇ ਘਰੇ ਮੈਂ ਪੁੱਛਦੀ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਦੀਦੀ ਨਾ ਇੱਥੇ ਪਈਆਂ ਲੰਮੀਆਂ ਥਾਣੀ ਦੇਖ ਲੈ ਤੇਰਾ ਮੁੰਡਾ ਕੀ ਕਰ ਤੂਤਾਂ ਕਰਦਾ ਫਿਰਦਾ ਕੁੜੇ ਮੈਨੂੰ ਪੈਣ ਵੀ ਨਹੀਂ ਦੇਣਾ ਤੂੰ ਨਾ ਰਹੀ ਗੱਲ ਮੇਰੇ ਮੁੰਡੇ ਨੇ ਕੀ ਕਰਤਾ ਇਹ ਜਾ ਕਰਨਾ ਕੀ ਹੈ ਮਗਰ ਮੋਟਰਸਾਈਕਲ ਦੇ ਕੁੜੀਆਂ ਨੂੰ ਬਿਠਾਈ ਫਿਰਦਾ ਨਹੀਂ ਕੋਈ ਉਹ ਕੁੜੀ ਚੜ ਗਈ ਹੁਣ ਵਿਚਾਰੀ ਪਿੰਡ ਦੀ ਚੜਗੀ ਹੋਣੀ ਐ ਕੁੜੀਆਂ ਉਹ ਚੜਦੀਆਂ ਫਿਰਦੀਆਂ ਨੇ ਮੋਟਰਸਾਈਕਲਾਂ ਤੇ ਲੈ ਕੋਈ ਬੱਸ ਗੱਡੀ ਆਈ ਨਹੀਂ ਹੋਣੀ ਤਾਂ ਕਹਿਤਾ ਹੁਣਾ ਬਾਈ ਮੈਨੂੰ ਲੈ ਚੱਲ ਮੇਰਾ ਮੁੰਡਾ ਵੀ ਆ ਗਿਆ ਹੈਗਾ ਆਹੋ ਇਹ ਜਨ ਨਹੀਂ ਜਾਣਦੀ ਮੈਂ ਤੁਹਾਨੂੰ ਮਾਂ ਪੁੱਤ ਨੂੰ ਇਹ ਚੁੱਪ ਕਰਕੇ ਬਹਿ ਜਾ ਮੇਰਾ ਮੁੰਡੇ ਤੇ ਇਲਜ਼ਾਮ ਲਾਉਣੀ ਹੈਗੀ ਬਾਲਾ ਨਾ ਸਰ ਚ ਗਲੀਆਂ ਕਰ ਤੂੰ ਪੈ ਨਹੀਂ ਕਿਸੇ ਦਾ ਪਿੱਛੇ ਮੇਰਾ ਮੁੰਡਾ ਨਹੀਂ ਬਿਠਾਉਂਦਾ ਆਹੋ ਨਾਲੇ ਪਹਿਲਾਂ ਤੇਰੀਆਂ ਨਹੀਂ ਕਰ ਤੂੰ ਤਾਂ ਸੁਣੀਆਂ ਪਿੰਡ ਚ ਤੂੰ ਕੀ ਕੁਛ ਬੋਲ ਰਿਹਾ ਇਹਨੇ ਤੂਤ ਕੀ ਦੇਖ ਲਈ ਤੂੰ ਹੈ ਨਹੀਂ ਤੂੰ ਜਿਹਦੇ ਸਰੇ ਚੜੀਆਂ ਚੁੱਪ ਕਰ ਜਾ ਤੂੰ ਨਾ ਸੁਣਾ ਆਪਦੀ ਕਰਤੂਤ ਜਾਣਦੇ ਆ ਮੈਂ ਤੇਰੀ ਕਰਤੂਤ ਨੂੰ ਬਾਲੀ ਸਪੰਤੀ ਬਣਦੀ ਆ ਕਿਤੇ ਤੂੰ ਜੇ ਤੂੰ ਸ਼ਹਿਰ ਦਿੰਦੀ ਆ ਨਾ ਤਾਂ ਦੂਜੀਆਂ ਕੁੜੀਆਂ ਨੂੰ ਮੋਟਰਸਾਈਕਲ ਤੇ ਬਿਠਾਉਂਦਾ ਉਹ ਨਹੀਂ ਉਹ ਤਾਂ ਬਿਠਾਊਗਾ ਲਾ ਲਾ ਜੋਰ ਜਿਹੜਾ ਲੱਗਦਾ ਤੇਥੋਂ ਰਹਿੰਦੀ ਫਿਰ ਮੈਂ ਵੀ ਨਹੀਂ ਇੱਥੇ ਨਹੀਂ ਨਾ ਰਹਿ ਬੰਨ ਭੋਰ ਗਿਆ ਬਿਸਤਰਾ ਉਸੇ ਨੂੰ ਲਿਆਇਓ ਕੰਜਰੀ ਨੂੰ ਜਿਹੜੇ ਨੂੰ ਮੋਟਰਸਾਈਕਲ ਤੇ ਬਿਠਾਈ ਖੜਦੇ ਆਹੀ ਰਹੂਗੀ ਹੁਣ ਤੂੰ ਲਾ ਲਈ ਉਹਦੇ ਨਾਲ ਤੂੰ ਲਾ ਲਈ ਜੋਰ ਜਿਹੜਾ ਲੱਗਦਾ ਭਾਜਾ ਭਾਜਾ ਅਸੀਂ ਤਾਂ ਮੁੱਕ ਹੀ ਭਾਲਦੇ ਆ ਤੈਨੂੰ ਕੱਢਣ ਦਾ ਹੋਰ ਸਾਨੂੰ ਕੀ ਚਾਹੀਦਾ ਲੈ ਮਗਰੋਂ ਭਰਾ ਜਸ਼ਨ ਕਿੱਧਰ ਚੱਲੀਆਂ ਤੂੰ ਕਿੱਧਰ ਜਾਣਾ ਯਾਰ ਤੂੰ ਜਿਹੜੀ ਨੂੰ ਲਈ ਫਿਰਦਾ ਉਸੇ ਨੂੰ ਲਈ ਹੁਣ ਮੋਟਰਸਾਈਕਲ ਤੇ ਬਿਠਾ ਕੇ ਕੀ ਨੂੰ ਲਈ ਫਿਰਦਾ ਮੈਂ ਇੱਥੇ ਬਾਹਰ ਖੜ ਕੇ ਜਲੂਸ ਨਾ ਕੱਢ ਚੱਲ ਅੰਦਰ ਚੱਲ ਤੂੰ
ਕੀ ਜਲੂਸ ਕੱਢ ਰੱਖਾ ਉੱਥੇ ਬੀਹ ਚ ਬੋਲੀ ਜਾਂਦੀ ਸੀਗੀ ਕਹਿੰਦੀ ਪੁੱਤ ਮੈਂ ਜਾਣੀ ਆ ਮੈਂ ਕਿਹਾ ਦਫਾ ਹੋ ਪਰਾ ਕਿਉਂ ਜਾਣ ਨੂੰ ਕੀ ਹੋਇਆ ਦੱਸ ਨਾ ਜਾਣ ਨੂੰ ਪਤਾ ਲੱਗ ਗਿਆ ਮੈਨੂੰ ਤੇਰੀਆਂ ਕਰਤੂਤਾਂ ਕਿਹੜੀਆਂ ਕਰਤੂਤਾਂ ਪਤਾ ਲੱਗ ਗਿਆ ਮੈਂ ਕਰਤਾ ਹੈ ਜਾ ਕਹਿੰਦੀ ਕੁੜੀ ਨੂੰ ਚੜਾਈ ਜਾਂਦਾ ਸੀ ਕਿਸੇ ਨੂੰ ਪਿੱਛੇ ਬਿਠਾਈ ਇਹਨੂੰ ਕਿਹਨੇ ਕਹਿਤਾ ਕੀ ਪਤਾ ਕਿਹਨੇ ਮੇਰੇ ਭਾਈ ਨੇ ਕਹਿੰਦੀ ਸੱਚ ਤੈਨੂੰ ਕਿਹਨੇ ਕਹਿਤਾ ਦੱਸ ਨਾ ਕੀ ਹੁੰਦਾ ਸੀ ਮੇਰੇ ਭਰਾ ਦਾ ਫੋਨ ਆਇਆ ਸੀ ਸਭ ਦੇਖਿਆ ਉਹਨੇ ਤੁਹਾਨੂੰ ਬਿਠਾਈ ਫਿਰਦੇ ਸੀ ਕੁੜੀ ਨੂੰ ਓ ਯਾਰ ਮੈਂ ਕਿਸੇ ਨੂੰ ਨਹੀਂ ਬਿਠਾਈ ਫਿਰਦਾ ਸੀ ਮੈਂ ਤਾਂ ਬਾਜ਼ਾਰ ਤੇ ਗਿਆ ਸੀਗਾ ਮੇਰੀ ਗੱਲ ਸੁਣ ਪੁੱਤ ਗਏ ਸੀ ਤੁਸੀਂ ਬਾਜ਼ਾਰ ਚ ਲਾਵਾ ਫੋਨ ਤੇਰਾ ਭਾਈ ਕਿਹਨੂੰ ਲਈ ਫਿਰਦਾ ਸੀ ਕਿਸੇ ਨੂੰ ਨਹੀਂ ਲਈ ਫਿਰਦਾ ਆਪਦੇ ਘਰੇ ਬੈਠਾ ਸੀ ਉਹ ਅੱਛਾ ਘਰੇ ਬੈਠੇ ਨੂੰ ਕੋਈ ਵਾਇਰਲੈਸ ਲੱਗੀ ਸੀ ਉਹਦੇ ਵਾਇਰਲੈਸ ਪਤਾ ਲੱਗ ਗਿਆ ਵੀ ਕਿਹੜੀ ਕੁੜੀ ਨੂੰ ਲਈ ਬਿਠਾਈ ਜਾਂਦਾ ਕਾਹਨੂੰ ਤੁਸੀਂ ਰਹਿਣ ਦੋ ਤੂੰ ਤਾਂ ਚੁੱਪ ਹੀ ਰਹਿ ਮਾਤਾ ਸਭ ਤੇਰੀਆਂ ਹੀ ਸ਼ਾਨਾਂ ਚੱਲ ਮੇਰੀ ਗੱਲ ਸੁਣ ਲੈ ਯਾਰ ਜੇ ਤੈਨੂੰ ਪਤਾ ਲੱਗ ਗਿਆ ਤਾਂ ਲੱਗ ਗਿਆ ਸੀ ਹਾਂ ਬਿਠਾਈ ਫਿਰਦਾ ਏ ਦੱਸ ਹਾਂ ਐਂ ਕਿਵੇਂ ਬਿਠਾ ਰਹੇਗਾ ਤੂੰ ਕਿਸੇ ਨੂੰ ਮੋਟਰਸਾਈਕਲ ਤੇ ਯਾਰ ਮੈਂ ਤਾਂ ਐਂ ਬਿਠਾਉਂ ਤੂੰ ਬਗੈੜ ਲੱਗੀ ਬਗੈੜ ਦੇਂਗੀ ਮੇਰਾ ਬਸ ਬਿਠਾਈ ਫਿਰਦਾ ਦੀ ਗਾਹ ਨੂੰ ਵੀ ਬਿਠਾਉਂਗਾ ਇਹ ਤਾਂ ਐਂ ਬਿਠਾਉਗਾ ਐਂ ਬਿਠਾਉ ਤੂੰ ਵੀ ਬਗਜਾ ਕਰ ਫਿਰ ਚੜ ਕੇ ਲੋਕਾਂ ਨਾਲ ਜਿਵੇਂ ਬਿਠਾਈ ਫਿਰਦਾ ਯਾਰ ਤੂੰ ਬਾਲਾ ਨਾ ਬੋਲ ਤੂੰ ਮੈਨੂੰ ਦੱਸ ਦੇ ਵੀ ਤੂੰ ਕੀ ਬਗੈੜ ਲੈਂਗੀ ਮੈਂ ਬਿਠਾਈ ਫਿਰਦਾ ਦੀ ਹਾਂ ਦੱਸ ਕੋਈ ਨਾ ਕਰਕੇ ਦਿਖਾਉ ਤੈਨੂੰ ਤੂੰ ਕਰਤਾ ਸੀ ਜਿਹੜਾ ਕੁਝ ਕਰਦਾ ਜਾ ਤੂੰ ਜਿੱਦਰਾ ਬੈਗ ਦੇ ਚੱਕ ਕੇ ਜਾਂਦੀ ਦੀ ਜਾ ਭੱਜ ਜਾ ਜਾ ਚੱਲ ਭੱਜ ਜਾ ਯਾਰ ਰਹਿੰਦੇ ਮੈਂ ਕੀ ਲੈਣਾ ਮੈਂ ਤਾਂ ਆਪਦਾ ਅੰਦਰ ਜਾਨੀ ਆ ਜਾ ਭੱਜ ਹੁਣ ਜਾਂਦੀ ਹੁਣ ਜੀ ਨਹੀਂ ਕਰਦਾ ਜਾਣ ਨੂੰ ਜਾਣ ਨੂੰ ਐਵੇਂ ਚੰਬੜੀ ਫਿਰਦੀ ਹੈਗੀ ਇਹਦਾ ਭਾਈ ਵੱਡਾ ਕਹਿੰਦੇ ਗੌਰੀ ਉਹ ਮੇਰੇ ਸਾਹਮਣੇ ਘਰ ਚੱਲ ਹੁਣ ਇਹਨੂੰ ਮੈਂ ਕਰਕੇ ਦਿਖਾਉਂ ਕਿ ਮਠਾਈ ਦੀ ਹੁੰਦੀ ਇਹਨੂੰ ਮੈਂ ਬਿਠਾ ਕੇ ਦਿਖਾਉਂ ਕੋਈ ਨਹੀਂ ਚੰਗਾ ਪੁੱਤ